ਨੂਰਪੁਰ 베ਦੀ ਦੇ ਪਿੰਡ ਰੋੜੂਆਣਾ ਦੇ ਵਿੱਚ ਇਥਨੋਲ ਫੈਕਟਰੀ ਲਾਉਣ ਵਿਰੁੱਧ 8 ਦਿਨਾਂ ਤੱਕ ਚੱਲੇ ਸੰਘਰਸ਼ ਤੋਂ ਬਾਅਦ ਹੁਣ ਕੌਮੀ ਘਟ ਗਣਤੀ ਕਮਿਸ਼ਨ ਨੇ ਵੀ ਮੁੱਖ ਸਕੱਤਰ ਪੰਜਾਬ ਸਰਕਾਰ ਤੇ ਸਕੱਤਰ ਵਾਤਾਵਰਣ ਮੰਤਰਾਲਾ ਜੰਗਲਾਤ ਤੇ ਜੰਗਲਾਤ ਤੇ ਜਲਵਾਯੂ ਪਰਿਵਰਤਨ ਨੂੰ ਚਿੱਠੀ ਲਿਖ ਕੇ ਸਾਰੇ ਪ੍ਰੋਜੈਕਟ ਸੰਬੰਧੀ 30 ਮਈ ਤੱਕ ਰਿਪੋਰਟ ਮੰਗ ਲਈ ਹੈ ਪਿੰਡ ਰੋੜੂਆਣਾ ਦੇ ਵਿੱਚ ਕਿਸੇ ਕੰਪਨੀ ਨੇ ਮਿਲਕ ਪਲਾਂਟ ਲਾਏ ਜਾਣ ਦੀ ੜ ਹੇਠ ਰਸਾਇਣ ਇਥਨੋਲ ਬਣਾਉਣ ਨੂੰ ਲੈ ਕੇ ਫੈਕਟਰੀ ਲਾਉਣ ਦੀ ਚਰਚਾ ਚੱਲੀ ਜਿਸ ਤਰ੍ਹਾਂ ਇਲਾਕੇ ਦੇ ਲੋਕਾਂ ਤੇ ਵਾਤਾਵਰਣ ਪ੍ਰੇਮੀਆਂ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਹੈ ਈ ਅਪ੍ਰੈਲ ਨੂੰ ਸਬੰਧਤ ਫੈਕਟਰੀ ਦੇ ਮੂਹਰੇ ਧਰਨਾ ਲਾ ਕੇ ਪੱਕਾ ਮੋਰਚਾ ਵੱਢਿਆ ਗਿਆ। ਉਸ ਤੋਂ ਬਾਅਦ ਹਰਕਤ ਵਿੱਚ ਆਇਆ ਪੰਜਾਬ ਪ੍ਰਦੂਸ਼ਣ ਕੰਟਰੋਲ ਵਿਭਾਗ ਜਿਸ ਨੇ ਚਿੱਠੀ ਜਾਰੀ ਕਰਕੇ ਫੈਕਟਰੀ ਦੀ ਇਮਾਰਤ ਦੇ ਨਿਰਮਾਣ ਕਾਰਜ ਤੇ ਰੋਕ ਲਾਉਣ ਦੇ ਹੁਕਮ ਜਾਰੀ ਕੀਤੇ। ਕੌਮੀ ਘਟ ਗੰਟੀ ਕਮਿਸ਼ਨ ਦੇ ਚੇਅਰਮੈਨ ਇਕਵਾਲ ਸਿੰਘ ਲਾਲਪੁਰਾ ਨੇ ਮੁਖ ਸਕੱਤਰ ਪੰਜਾਬ ਦੇ ਅਨੁਰਾਗ ਵਰਮਾ ਤੇ ਲੀਲਾ ਨੰਦਨ ਸਕੱਤਰ ਵਾਤਾਵਰਣ ਮੰਤਰਾਲਾ ਜੰਗਲਾਤ ਤੇ ਜਲਵਾਯੂ ਪਰਿਵਰਤਨ ਨੂੰ ਭੇਜੀ ਹੈ ਚਿੱਠੀ ਜਿਦੇ ਵਿੱਚ ਲਿਖਿਆ ਹੈ ਕਿ ਉਹਨਾਂ ਦੇ ਪੰਜਾਬ ਦੌਰੇ ਦੌਰਾਨ ਸਬੰਧਤ ਫੈਕਟਰੀ ਖਿਲਾਫ ਡਰਨੇ ਤੇ ਡਟੇ ਲੋਕਾਂ ਨੇ ਉਹਨਾਂ ਨੂੰ ਮੰਗ ਪੱਤਰ ਦਿੱਤਾ ਸੀ ਫੈਕਟਰੀ ਜੰਗਲੀ ਇਲਾਕੇ ਦੇ ਬਿਲਕੁਲ ਨੇੜੇ ਲਾਈ ਜਾ ਰਹੀ ਹੈ ਜਿੱਥੇ ਕਿ ਧਾਰਾ 4 ਤਹਿਤ ਕਿਸੇ ਵੀ ਤਰ੍ਹਾਂ ਦਾ ਨਿਰਮਾਣ ਹੀ ਨਹੀਂ ਕੀਤਾ ਜਾ ਸਕਦਾ ਉਦਰ ਸੰਘਰਸ਼ ਕਮੇਟੀ ਦੇ ਮੈਂਬਰ ਤੇ ਕੌਮੀ ਮੋਰਚੇ ਦੇ ਕਨਵੀਨਰ ਗੌਰਵ ਰਾਣਾ ਨੇ ਦੱਸਿਆ ਕਿ ਉਹ ਫੈਕਟਰੀ ਦੀਆਂ ਹਰ ਤਰ੍ਹਾਂ ਦੀਆਂ ਗਤੀਵਿਧੀਆਂ ਤੇ ਨਜ਼ਰ ਰੱਖ ਰਹੇ ਨੇ ਤੇ ਫੈਕਟਰੀ ਨੂੰ ਬੰਦ ਕਰਵਾਉਣ ਦੇ ਲਈ ਸੰਘਰਸ਼ ਜਾਰੀ ਰਹੇਗਾ ਫੈਕਟਰੀ ਮਾਲਕਾਂ ਵੱਲੋਂ ਕੀਤੀ ਗਈ ਨਜਾਇਜ਼ ਮਾਈਨਿੰਗ ਦੇ ਖਿਲਾਫ ਪਿੰਡ ਵਾਸੀਆਂ ਵੱਲੋਂ ਦਿੱਤੀ ਸਥਾਨਕ ਪੁਲਿਸ ਕੋਲ ਸ਼ਿਕਾਇਤ ਤੋਂ ਬਾਅਦ ਮਾਈਨਿੰਗ ਅਧਿਕਾਰੀਆਂ ਦੇ ਕਹਿਣ ਤੇ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਵੀ ਦਰਜ ਕੀਤਾ ਸੀ ਤੇ ਅਨੰਦਪੁਰ ਸਾਹਿਬ ਦੇ ਐਸ ਡੀ ਐਮ ਨੇ ਇਸ ਸੰਬੰਧੀ ਮਾਲ ਵਿਭਾਗ ਨੂੰ ਪੁਲਿਸ ਕੋਲ 13 ਮਈ ਤੱਕ ਸਬੰਧਤ ਜ਼ਮੀਨਦਾਰ ਰਿਕਾਰਡ ਸੌਂਪਣ ਦੇ ਵੀ ਹੁਕਮ ਦਿੱਤੇ ਸਨ ਹੁਣ ਪੁਲਿਸ ਥਾਣਾ ਮੁਖੀ ਹਰਸ਼ਮੋਨ ਨੇ ਕਿਹਾ ਕਿ ਹਾਲੇ ਤੱਕ ਉਹਨਾਂ ਨੂੰ ਵਿਵਾਦਗ੍ਰਸਤ ਥਾਂ ਨਾਲ ਸੰਬੰਧਿਤ ਮਾਲਕੀ ਦੇ ਰਿਕਾਰਡ ਨੂੰ ਲੈ ਕੇ ਕੋਈ ਰਿਪੋਰਟ ਨਹੀਂ ਮਿਲੀ ਇਥਨੋਲ ਇੱਕ ਉਹ ਰਸਾਇਣ ਹੈ ਜਿਹੜਾ ਕਿ ਵੱਖ-ਵੱਖ ਤਰ੍ਹਾਂ ਦੀਆਂ ਸ਼ਰਾਬਾਂ ਦੇ ਵਿੱਚ ਵਰਤਿਆ ਜਾਂਦਾ ਹੈ ਤੇ ਇਸ ਨੂੰ ਬਣਾਉਣ ਵਾਲੀਆਂ ਫੈਕਟਰੀਆਂ ਦੇ ਵਿੱਚੋਂ ਕਾਫੀ ਪ੍ਰਦੂਸ਼ਣ ਪੈਦਾ ਹੁੰਦਾ ਹੈ। ਬਰਨਾਲਾ ਦੇ ਇਮੀਗ੍ਰੇਸ਼ਨ ਵਿਵਾਦ ਦੇ ਨਾਲ ਜੁੜੀ ਖਬਰ ਹੈ ਕਿ ਬਰਨਾਲਾ ਦੇ ਡੀਐਸਪੀ ਡੀ ਰਜਿੰਦਰਪਾਲ ਸਿੰਘ ਤੇ ਇੰਸਪੈਕਟਰ ਬਲਜੀਤ ਸਿੰਘ ਵੱਲੋਂ ਕਿਸਾਨਾਂ ਨਾਲ ਹੋਈ ਮੀਟਿੰਗ ਦੇ ਵਿੱਚ ਕਿਸਾਨਾਂ ਨੂੰ ਭਰੋਸਾ ਦਿਵਾਇਆ ਗਿਆ ਕਿ 2-3 ਦਿਨਾਂ ਦੇ ਵਿੱਚ ਮਸਲੇ ਦਾ ਹੱਲ ਕਰਵਾ ਦਿੱਤਾ ਜਾਊਗਾ ਜਿਸ ਤੋਂ ਬਾਅਦ ਇਸ ਧਰਨੇ ਨੂੰ ਕਿਸਾਨਾਂ ਨੇ ਮੁਲਤਵੀ ਕਰ ਦਿੱਤਾ। ਕਿਸਾਨ ਆਗੂ ਨੇ ਵਾਦਾ ਖਿਲਾਫੀ ਹੋਣ ਤੇ ਮੋੜ ਤਿੱਖੇ ਸੰਘਰਸ਼ ਦੀ ਵੀ ਚੇਤਾਵਨੀ ਦਿੱਤੀ ਹੈ ਬਰਨਾਲਾ ਦੀ ਵਿਦੇਸ਼ ਭੇਜਣ ਵਾਲੀ ਏਜੰਸੀ ਦੇ ਹੱਕ ਵਿੱਚ ਨਿਤਰਦਿਆਂ ਵਪਾਰ ਮੰਡਲ ਬਰਨਾਲਾ ਦੇ ਪ੍ਰਧਾਨ ਅਨਿਲ ਨਾਣਾ ਦੀ ਅਗਵਾਈ ਹੇਠ ਪੂਰਾ ਸ਼ਹਿਰ ਕੱਲ ਬੰਦ ਰੱਖਿਆ ਗਿਆ। ਇਸ ਤੋਂ ਬਾਅਦ ਏਜੰਟ ਪਰਿਵਾਰ ਦੀ ਸਥਾਨਿਕ ਜੋੜੇ ਪੰਪਾ ਨੇੜਲੀ ਟਾਇਰਾਂ ਦੀ ਦੁਕਾਨ ਤੇ ਬਹਿ ਕੇ ਵਪਾਰੀਆਂ ਨੇ ਕਿਸਾਨ ਯੂਨੀਅਨ ਦੇ ਖਿਲਾਫ ਧਰਨਾ ਵੀ ਦਿੱਤਾ। ਦੂਸਰੇ ਪਾਸੇ ਏਜੰਟ ਧਿਰ ਦੇ ਵਿਰੁੱਧ ਭਾਰਤੀ ਕਿਸਾਨ ਯੂਨੀਅਨ ਡਕੋਂਦਾ ਦੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਉੱਗੋ ਕੇ ਸਮੇਤ ਹੋਰ ਕਿਸਾਨਾਂ ਨੇ ਸਥਾਨਕ ਦਾਣਾ ਮੰਡੀ ਦੇ ਵਿੱਚ ਕੱਲ ਧਰਨਾ ਦਿੱਤਾ। ਦੋਵਾਂ ਧਿਰਾਂ ਨੇ ਇੱਕ ਦੂਸਰੇ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਤੇ ਦੋਵਾਂ ਤਰਾਂ ਦੇ ਟਕਰਾਅ ਦੇ ਖਦਸ਼ੇ ਕਾਰਨ ਕੱਲ ਬਰਨਾਲਾ ਦੇ ਹਰ ਮੋੜ ਤੇ ਪੁਲਿਸ ਤਾਇਨਾਤ ਰਹੀ